ਤੁਸੀਂ ਇਹ ਪਤੰਗ ਬਣਾ ਕੇ ਚੁੰਬਕ ਦੀ ਮਦਦ ਨਾਲ ਹਵਾ ਵਿੱਚ ਲਟਕਾ ਸਕਦੇ ਹੋ। ਤੁਹਾਨੂੰ ਲੋੜ ਹੈ ਇੱਕ ਪੁਰਾਣੇ ਰਬੜ ਦੀ ਚੱਪਲ, ਧਾਗਾ, ਚੁੰਬਕ, ਪੇਪਰ ਕਲਿੱਪ ਅਤੇ ਕੁਝ ਹੋਰ ਚੀਜ਼ਾਂ ਦੀ। ਰੰਗੀਨ ਕਾਗਜ਼ ਤੋਂ ਦੋਹਰੀ ਪਤੰਗ ਬਣਾਓ ਅਤੇ ਸਫੇਦ ਸਾਈਡ 'ਤੇ ਗੂੰਦ ਲਾਓ ਅਤੇ ਇਸ ਨੂੰ ਸੁੱਕਣ ਦਿਓ। ਇੱਕ ਸਟੀਲ ਦਾ ਪੇਪਰ ਕਲਿੱਪ ਲੈ ਕੇ ਗੂੰਦ 'ਤੇ ਚਿਪਕਾ ਦਿਓ। ਪੇਪਰ ਕਲਿੱਪ ਦੇ ਪਿਛਲੇ ਹਿੱਸੇ ਵਿੱਚ ਇੱਕ ਪਤਲੀ ਡੋਰੀ ਬੰਨੋ ਅਤੇ ਦੋਹਰੀ ਪਤੰਗ ਨੂੰ ਬੰਦ ਕਰ ਦਿਓ। ਪੇਪਰ ਕਲਿੱਪ ਵਿਚਕਾਰ ਸੈਂਡਵਿਚ ਹੋ ਜਾਏਗਾ। ਇੱਕ ਚੱਪਲ ਲੈ ਕੇ ਇੱਕ ਪਾਸੇ ਲੱਕੜੀ ਫਸਾਓ ਅਤੇ ਦੋ ਤਾਕਤਵਰ ਚੁੰਬਕ ਲੈ ਕੇ ਅੱਗੇ ਪਿੱਛੇ ਚਿਪਕਾ ਦਿਓ। ਇੱਕ ਗੁੜੀਆ ਬਣਾ ਕੇ ਦੂਸਰੇ ਹਿੱਸੇ 'ਤੇ ਫਸਾ ਦਿਓ। ਡੋਰ ਦਾ ਇੱਕ ਹਿੱਸਾ ਗੁੜੀਆ ਨੂੰ ਬੰਨੋ ਅਤੇ ਪਤੰਗ ਨੂੰ ਚੁੰਬਕ ਕੋਲ ਲੈ ਜਾਓ। ਧਾਗੇ ਦੀ ਲੰਬਾਈ ਇਸ ਹਿਸਾਬ ਦੀ ਹੈ ਕਿ ਚੁੰਬਕ ਅਤੇ ਪਤੰਗ ਵਿੱਚ ਨਿਸ਼ਚਿਤ ਦੂਰੀ ਰਹੇ। ਤੁਸੀਂ ਹੈਰਾਨ ਹੋਵੋਗੇ ਕਿ ਪਤੰਗ ਹਵਾ ਵਿੱਚ ਲਟਕੀ ਰਹੇਗੀ ਅਤੇ ਝੂਲੇਗੀ। ਪਤੰਗ ਅਤੇ ਚੁੰਬਕ ਵਿੱਚ ਹਵਾ ਦਾ ਗੈਪ ਹੋਵੇਗਾ।